ਸਮਾਂ ਸਵੇਰ ਦਾ ਸੀ, ਮਨ ਉਛਾਹ ਨਾਲ ਭਰਿਆ ਸੀ। ਹੱਥ ਵਿੱਚ ਉਹਨਾਂ ਦੇ ਵਿਚਾਰਾਂ ਨਾਲ ਲਬਰੇਜ਼ ਕਈ ਖੂਬਸੂਰਤ ਕਹਾਣੀਆਂ ਵਿੱਚੋਂ ਇੱਕ ਕਹਾਣੀ ਸੀ। ਸਫ਼ਰ ਲੰਬਾ ਸੀ ਮੋਹਾਲੀ ਤੋਂ ਟੁੱਡੀ ਕੇ ਤੀਕ, ਅਤੇ ਸੋਚ ਆ ਰਹੀ ਸੀ ਕਿ ਇਹਨਾਂ ਨੇ ਉਮਰ ਦੇ ਸਿਰਫ 100 ਵਰੇ ਨਹੀਂ ਵੇਖੇ, ਵਿਚਾਰਾਂ ਨੂੰ, ਮੁਲਕ ਨੂੰ, ਸੋਚ ਨੂੰ ਬਦਲਦਿਆਂ ਵੀ ਵੇਖਿਆ ਹੈ। ਖੈਰ, ਸੋਚ ਨੂੰ ਆਰਾਮ ਦਿੰਦਿਆਂ ਕਹਾਣੀ ਵੱਲ ਧਿਆਨ ਪਾਇਆ ਅਤੇ ਉਹਨਾਂ ਦੇ ਕਿਰਦਾਰਾਂ ਦੀ ਜ਼ਿੰਦਗੀ ਵਿੱਚ ਚਲਾ ਗਿਆ। ਉਸ ਦੀ ਇੱਕ ਤਸਵੀਰ ਅੱਖਾਂ ਮੂਹਰੇ ਆ ਗਈ। ਸਮੇਂ ਦਾ ਪਤਾ ਨਹੀਂ ਲੱਗਿਆ ਅਤੇ ਅਸੀਂ ਟੁੱਡੀ ਕੇ ਦੇ ਨੇੜੇ ਪੁੱਜ ਗਏ, ਜਿੱਥੋਂ ਦਾ ਹਰ ਇੱਕ ਬਾਸ਼ਿੰਦਾ ਉਹਨਾਂ ਦੀ ਕਲਮ ਤੋਂ, ਵਿਚਾਰਾਂ ਤੋਂ ਪ੍ਰਭਾਵਿਤ ਹੈ। ਅਤੇ ਪਿੰਡ ਦੇ ਕੁਝ ਬਜ਼ੁਰਗਾਂ ਤੋਂ ਅਸੀਂ ਉਹਨਾਂ ਦੇ ਘਰ ਦਾ ਪਤਾ ਪੁੱਛਿਆ। ਘਰ ਵਿੱਚ ਦਾਖਲ ਹੁੰਦਿਆਂ ਹੀ ਇੰਝ ਜਾਪਿਆ ਕਿ ਉਹਨਾਂ ਦੀ ਕਹਾਣੀਆਂ ਚਾਕ ਰਹੀਆਂ ਹੋਣ। ਕਿਤੇ ਲਹੂ ਦੀ ਲੌ ਜਗ ਰਹੀ ਸੀ, ਕਿਤੇ ਰੂਪਮਤੀ ਦਾ ਰੂਪ ਖਿੱਚ ਦਾ ਕੇਂਦਰ ਬਣ ਰਿਹਾ ਅਤੇ ਕਿਤੇ ਸੱਚ ਨੂੰ ਫਾਂਸੀ ਲੱਗ ਰਹੀ। ਹਾਲੇ ਨਾਵਲ ਆਪਣੀ ਆਪ ਬੀਤੀ ਸੁਣਾ ਹੀ ਰਹੇ ਸਨ ਕਿ ਆਮਦ ਹੋਈ ਪੰਜਾਬ ਦੇ ਉਸ ਸਿਰਮੌਰ ਲੇਖਕ ਦੀ, ਜੋ ਉਮਰ ਦੇ 100ਵੇਂ ਪੜਾਵ ਵਿੱਚ ਵੀ ਜੋਸ਼ ਨਾਲ ਭਰੇ, ਅੱਖਾਂ ਵਿੱਚ ਸੋਹਣੇ ਪੰਜਾਬ ਦਾ ਸੁਪਨਾ ਸੰਜੋਈ, ਕੰਬਦੇ ਹੋਏ ਹੱਥਾਂ ਨਾਲ ਸਾਨੂੰ ਆਸ਼ੀਰਵਾਦ ਦੇਣ ਲਈ ਪੁੱਜੇ। ਅਤੇ ਗੱਲਾਂ ਦਾ ਸਿਲਸਿਲਾ ਸ਼ੁਰੂ ਹੋਇਆ ਇਸ ਗੱਲ ਤੋਂ ਕਿ ਇਹ ਕਵਲ ਤਖੱਲਸ ਤੁਹਾਨੂੰ ਕਿੱਥੋਂ ਮਿਲਿਆ। ਮੈਂ ਮਲਾਇਆ ਵਿੱਚ ਸੀ, ਉੱਥੇ ਮੈਂ 2-3 ਕਵਿਤਾਵਾਂ ਪੜ੍ਹੀਆਂ ਹੀਰ ਦੀ ਤਰਜ਼ 'ਤੇ। ਉਹ ਮੇਰੇ ਦੋਸਤ ਜਿਹੜੇ ਸੀ ਉਹ ਆਖਦੇ ਤੂੰ ਆਪਦਾ ਤਖੱਲਸ ਰੱਖ। ਉਹ ਉੱਥੇ ਉਹਨਾਂ ਨੇ ਮੇਰਾ ਤਖੱਲਸ ਜਿਹੜਾ ਸੀ ਇਹ ਕਮਲ ਰੱਖ ਦਿੱਤਾ। ਕਹਿੰਦੇ ਨੇ ਉਹ ਜਵਾਨੀ ਕੀ ਜਵਾਨੀ ਜਿਸ ਵਿੱਚ ਇਸ਼ਕ ਨਾ ਹੋਵੇ, ਅਤੇ ਕਵਲ ਸਾਹਿਬ ਨੂੰ ਵੀ ਇਸ਼ਕ ਨਾਲ 2-4 ਹੋਣ ਦਾ ਮੌਕਾ ਮਿਲਿਆ। ਡਾਕਟਰ ਜਸਵੰਤ ਕੌਰ ਮੇਰੇ ਨਾਲ ਜੁੜ ਗਈ ਔਰ ਉਹਨਾਂ ਦੇ ਨਾਲ ਮੈਂ ਜੁੜਿਆ ਰਿਹਾ। ਉਹ ਨੌਕਰੀ ਛੱਡਿਆ ਹੀ ਔਰ ਉਹ ਇੱਥੇ ਆ ਕੇ ਮੇਰੇ ਨਾਲ ਜ਼ਿੰਦਗੀ ਜਿਉਂਦੀ। ਮੈਂ ਵਾਰਿਸ ਸ਼ਾਹ ਦੀ ਹੀਰ ਨੇ ਇਹਨਾਂ ਨੂੰ ਸਾਹਿਤ ਦੇ ਰਾਹੇ ਪਾਇਆ ਸੀ, ਇਸ ਲਈ ਅੱਜ ਵੀ ਜਦ ਉਸ ਰੂਹਾਨੀਅਤ ਨਾਲ ਹੀਰ ਸੁਣਾਉਂਦੇ ਨੇ ਤਾਂ ਇਸ਼ਕੇ ਹਕੀਕੀ ਦਾ ਅਹਿਸਾਸ ਹੁੰਦਾ ਹੈ। ਜਿੱਥੇ ਤੀਦੋ ਇਸ਼ਕ ਗੁਲਾਮ ਕੀਤਾ ਉੱਥੇ ਖੇੜਿਆਂ ਦੀ ਕੋਈ ਜਾ ਨਹੀਂ। ਇਹ ਚੜ੍ਹੀ ਗੁਲੇਲ ਹੈ ਇਸ਼ਕ ਵਾਲੀ ਜਿੱਥੇ ਹੋਰ ਕੋਈ ਚਾਰ ਬਾਹ ਨਹੀਂ। ਔਰ ਮੈਂ ਸਮਝਦਾ ਕਿ ਵਾਰਿਸ ਦੀ ਹੀਰ ਨੇ ਹੀ ਮੈਨੂੰ ਆਪਣਾ ਇੱਕ ਲੇਖਕ ਬਣਾਉਣ ਵਿੱਚ ਵੱਡਾ ਹਿੱਸਾ ਪਾਇਆ। ਸਿਰਫ ਵਾਰਿਸ ਸ਼ਾਹ ਦੀ ਹੀਰ ਹੀ ਨਹੀਂ, ਕਈ ਲੋਕ ਗੀਤ ਵੀ ਇਹਨਾਂ ਦੇ ਦਿਲ ਦੇ ਬੇਹੱਦ ਕਰੀਬ ਨੇ, ਜਿਸ ਦੀ ਰੰਗਤ ਸਾਨੂੰ ਇਹਨਾਂ ਦੇ ਨਾਵਲ ਪੂਰਨਮਾਸ਼ੀ ਵਿੱਚ ਵੇਖਣ ਨੂੰ ਮਿਲਦੀ ਹੈ। ਪੂਰਨਮਾਸ਼ੀ ਵਿੱਚ ਮੇਰੇ ਲੋਕ ਗੀਤਾਂ ਦਾ ਜਿਹੜਾ ਵਕਤ ਹੈ ਉਹ ਆਮ ਪੰਜਾਬ ਦੇ ਲੋਕਾਂ ਦਾ ਜਿਹੜੇ ਬਾਹਰ ਅੰਦਰ ਫਿਰਦੇ ਆ ਅਤੇ ਗਾਉਂਦੇ ਆ ਮਾੜਾ ਮੋਟਾ, ਉਹਨਾਂ ਸਾਰਿਆਂ ਵਿੱਚ ਹੀ ਹੁੰਦਾ ਅਤੇ ਉਹ ਮੇਰੇ ਅਸਰ ਵਿੱਚ ਵੀ ਆਇਆ ਅਤੇ ਮੈਂ ਉਹਦੀ ਵੀ ਜ਼ਬਾਨੀ ਉਹ ਲੋਕਾਂ ਬੋਲਦਾ ਰਿਹਾ, ਪੜ੍ਹਦਾ ਰਿਹਾ। ਇਹਨਾਂ ਗੱਲਾਂ ਵਿੱਚ ਹੀ ਕਵਲ ਸਾਹਿਬ ਨੇ ਆਪਣੀ ਲਿਖੀ ਕਿਤਾਬ ਵਿੱਚੋਂ ਸਾਡੇ ਨਾਲ ਕੁਝ ਸਾਂਝਾ ਕੀਤਾ। ਰਾਣੀ ਜੀਓ, ਇਹ ਸੋਚ ਹੀ ਜ਼ਿੰਦਗੀ ਦਾ ਅਸਲ ਤੱਤ ਹੈ। ਨੇਕੀ ਬਦੀ, ਮੇਰ ਵਿਛੋੜਾ, ਮੁਹੱਬਤ ਅਤੇ ਨਫ਼ਰਤ ਜ਼ਿੰਦਗੀ ਦੇ ਤੁਰੇ ਹਨ। ਸਾਡੇ ਨਾਲ ਇਹ ਖੂਬਸੂਰਤ ਪਲ ਸਾਂਝੇ ਕਰਨ ਤੋਂ ਬਾਅਦ ਉਹਨਾਂ ਨੇ ਬਾਹਰ ਉਡੀਕ ਰਹੀ ਮਹਿਫਿਲ ਦਾ ਰੁਖ ਕੀਤਾ, ਜਿੱਥੇ ਉਹਨਾਂ ਨੂੰ ਵਧਾਈ ਦੇਣ ਲਈ ਆਪਣੇ ਆਪਣੇ ਖੇਤਰ ਦੀਆਂ ਕਈ ਹਸਤੀਆਂ ਮੌਜੂਦ ਸਨ। ਔਰ ਰੰਧਾਵਾ ਸਾਹਿਬ ਜਦੋਂ ਚੰਡੀਗੜ੍ਹ ਬਨਾਰਸ ਤਾਂ ਉਹਨਾਂ ਨੇ ਕਮਲ ਸਾਹਿਬ ਨੂੰ ਕਿਹਾ ਕਮਲ ਸਾਹਿਬ ਤੁਸੀਂ ਮੇਰੇ ਕੋਲ ਚੰਡੀਗੜ੍ਹ ਆ ਜਾਓ, ਮੈਂ ਤੁਹਾਨੂੰ 20,000 'ਚ 2 ਕਨਾਲ ਦੀ ਥਾਂ ਦਿੰਦਾ, ਨਾਲੇ ਘਰ ਬਣਾਉਣ ਲਈ ਲੋਨ ਦਿੰਦਾ। ਅਤੇ ਕਮਲ ਸਾਹਿਬ ਹੱਸ ਪਏ, ਕਹਿਣ ਲੱਗੇ ਰੰਧਾਵਾ ਜੀ ਮੈਂ ਪਿੰਡ ਨਹੀਂ ਛੱਡ ਸਕਦਾ। ਰੰਧਾਵਾ ਜੀ ਪੁੱਛਿਆ ਕਿ ਤੂੰ ਹਲ ਵਾਹੁਣਾ ਪਿੰਡ ਜਾ ਕੇ? ਉਹ ਕਹਿੰਦੇ ਨਹੀਂ, ਵਾਹੁਣੀ ਤਾਂ ਮੈਂ ਕਲਮ ਹੀ ਹਾਂ, ਲੇਕਿਨ ਮੇਰੀ ਕਲਮ ਵੀ ਨਹੀਂ ਇੱਥੇ ਚੱਲਣੀ ਚੰਡੀਗੜ੍ਹ 'ਚ ਆ ਕੇ। ਚੰਡੀਗੜ੍ਹ ਆ ਕੇ ਤਾਂ ਮੈਂ ਪਰਦੇਸੀ ਮਹਿਸੂਸ ਕਰੂੰਗਾ। ਸਾਡੇ ਘਰ ਦੇ ਵਿੱਚ ਨਾਵਲ ਹੀ ਜਿਹੜਾ ਆਇਆ ਸੀ ਉਹ ਰਾਤ ਬਾਕੀ ਹੈ ਆਇਆ ਸੀ, ਔਰ ਉਸ ਨਾਵਲ ਤੋਂ ਸਾਡੇ ਘਰ ਦੇ ਵਿੱਚ ਜਿਹੜੀ ਬਾਅਦ ਵਿੱਚ ਇੱਕ ਬਹੁਤ ਵੱਡੀ ਲਾਇਬ੍ਰੇਰੀ ਬਣੀ, ਉਹ ਨਾਵਲ ਅੱਜ ਵੀ ਜਿਹੜੀ ਪਹਿਲੀ ਕਾਪੀ ਸੀ ਉਹ ਸਾਡੇ ਘਰ ਦੀ ਉਸ ਲਾਇਬ੍ਰੇਰੀ 'ਚ ਮੌਜੂਦ ਹੈ। ਬਾਅਦ ਵਿੱਚ ਕਮਲ ਸਾਹਿਬ ਦੇ ਨਾਵਲਾਂ ਦੇ ਉੱਤੇ ਪੰਜਾਬ ਦੀਆਂ ਸਟੇਜਾਂ ਦੇ ਉੱਤੇ ਉਹ ਨਾਟਕ ਖੇਡਦੇ ਰਹੇ। ਜਿੰਨੀਆਂ ਵੀ ਮੇਰੀਆਂ ਫੋਟੋਗ੍ਰਾਫਿਕ ਸੀਰੀਜ਼ ਵਗੈਰਾ ਹੋਈਆਂ ਸ਼ੁਰੂ ਸ਼ੁਰੂ 'ਚ, ਜਾਂ ਰਿਕਸ਼ੇ ਵਾਲਿਆਂ 'ਤੇ ਜਾਂ ਢਾਬੇ ਵਾਲਿਆਂ 'ਤੇ, ਅਸੀਂ ਬਚਪਨ 'ਚ ਜੋ ਇਸ ਕਿਸਮ ਦੇ ਸ਼ਾਇਸਤਾਨਾਂ ਦੀਆਂ ਕਿਤਾਬਾਂ ਪੜ੍ਹ ਕੇ, ਇਹਨਾਂ ਦੇ ਵਿਚਾਰ ਸੁਣ ਕੇ ਉਦੋਂ ਜਦੋਂ ਪ੍ਰਭਾਵਿਤ ਹੁੰਦੇ ਹੋ ਉਹ ਅਸਰ ਤੁਹਾਡੇ 'ਤੇ ਸਾਰੀ ਉਮਰ ਰਹਿੰਦਾ। ਪਹਿਲਾ ਨਾਵਲ ਰਾਤ ਬਾਕੀ ਮੈਂ ਉਸ ਸਮੇਂ ਪੜ੍ਹਿਆ ਜਦੋਂ ਮੈਂ
ਦਸਵੀਂ ਦਾ ਵਿਦਿਆਰਥੀ ਸੀ। ਉਹ ਤੋਂ ਬਾਅਦ ਲਗਾਤਾਰ ਮੈਂ ਉਹਨਾਂ ਦੇ ਸੰਪਰਕ 'ਚ ਰਿਹਾ, ਆਪਣੇ ਪਿੰਡ ਲਸਾੜੇ 'ਚ ਸਾਹਿਤ ਸਮਾਗਮ ਕਰਾਇਆ ਅਤੇ ਇੱਕ ਪੋਸਟ ਕਾਰਡ 'ਤੇ ਲਿਖੀ ਹੋਈ ਚਿੱਠੀ ਨਾਲ ਕਮਲ ਸਾਹਿਬ ਸਾਡੇ ਪਿੰਡ ਪਹੁੰਚੇ ਔਰ ਸਾਡੇ ਪਿੰਡ ਦੇ ਲੋਕ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ। ਇਹਨਾਂ ਨੇ ਇਕੱਲਾ ਲਿਖਣੀ ਦੇ ਉੱਤੇ ਧਿਆਨ ਨਹੀਂ ਦਿੱਤਾ, ਆਪਣੀ ਸਿਹਤ ਵੱਲ ਵੀ ਉਹਨਾਂ ਧਿਆਨ ਦਿੱਤਾ ਅਤੇ ਮੈਂ ਸਮੁੱਚੇ ਪੰਜਾਬੀਆਂ ਨੂੰ ਇਹ ਗੱਲ ਵੀ ਕਹਾਂਗਾ ਕਿ ਇਹਨਾਂ ਤੋਂ ਸਿੱਖਣ ਲਈ ਬਹੁਤ ਕੁਛ ਮਿਲਦਾ। ਉਹਨਾਂ ਨੇ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਸਾਦਾ ਰਹਿ ਕੇ ਕਿਸ ਤਰ੍ਹਾਂ ਇਸ ਉਮਰ ਤੱਕ ਹੰਢਾਇਆ ਅਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਹੋਰ ਲੰਮੀ ਉਮਰ ਹੋਵੇ। ਇਸ ਤਪਦੇ ਥਲ ਵਿੱਚ ਦੂਸਰਾ ਕਿਹੜਾ ਖਲੋਏਗਾ, ਇਸੇ ਹੀ ਥਲ 'ਚੋਂ ਉੱਗਿਆ ਕੋਈ ਬਿਰਖ ਹੋਏਗਾ, ਇਸੇ ਹੀ ਥਲ 'ਚੋਂ ਉੱਗਿਆ ਕੋਈ ਬਿਰਖ। ਅੱਜ ਦੀ ਇਸ ਯਾਦਗਾਰੀ ਮੁਲਾਕਾਤ ਦੀਆਂ ਖੂਬਸੂਰਤ ਯਾਦਾਂ ਅਤੇ ਕਵਲ ਸਾਹਿਬ ਵੱਲੋਂ PTC ਨੈਟਵਰਕ ਲਈ ਦਿੱਤੇ ਧੰਨਵਾਦੀ ਸੁਨੇਹੇ ਨੂੰ ਸਾਂਭ, ਅਸੀਂ ਇਹਨਾਂ ਉੱਗੀਆਂ ਸ਼ਖਸੀਅਤਾਂ ਤੋਂ ਇਜਾਜ਼ਤ ਲੈ ਵਾਪਸ ਮੋਹਾਲੀ ਵੱਲ ਤੁਰ ਪਏ। ਇਸ ਅਹਿਸਾਸ ਨੂੰ ਸੰਜੋਈ ਕਿ ਮੁਕੰਮਲ ਜ਼ਿੰਦਗੀ ਉਹੀ ਹੈ ਜਿਸ ਵਿੱਚ ਉਮਰ ਦੇ 100ਵੇਂ ਪੜਾਵ 'ਤੇ ਵੀ ਕੁਝ ਨਾ ਕਰਨ ਦਾ ਮਲਾਲ ਨਾ ਹੋਵੇ।